ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਬੈਕ ਮਾਈ ਨਿਊ ਬਲੌਗ। ਅੱਜ ਬਲੌਗ ਹੈਗਾ ਵੀ ਸੂਟ ਦੇ, ਜੋ ਕਿ ਮੇਰੇ ਨਵੇਂ ਸੂਟ ਆਏ ਆ, ਮੈਂ ਤੁਹਾਨੂੰ ਅੱਜ ਦਿਖਾਵਾਂਗੀ। ਅਤੇ ਮੇਰੇ ਜਿਹੜੇ ਸੂਟ ਆ ਵੀ ਸਟਿਚ ਹੋ ਕੇ ਆ ਗਏ। ਹੈਲੋ ਕਰ ਦਿਓ ਸਾਰਿਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਕਿ ਤੁਸੀਂ ਸਾਰਿਆਂ ਠੀਕ ਹੋਵੋਗੇ, ਅਸੀਂ ਵੀ ਠੀਕ ਹਾਂ। ਅਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਅਤੇ ਅੱਜ ਆਪਾਂ ਬਲੌਗ ਕਰਨ ਗਏ ਸਟਾਰਟ ਜੀ। ਅਤੇ ਸਾਡੇ ਬਲੌਗ ਪਿਆਰ, ਚਲੋ ਤੁਸੀਂ ਰੋਟੀ ਖਾਓ ਜਾ ਕੇ। ਰੋਟੀ ਖਾਣੀ ਆ ਦੇਖੋ ਦੋਸਤੋ, ਮੇਰੇ ਇੱਥੇ ਪਿੰਜਲੀ ਗੱਡੀ ਮੋਟੀ ਹੋ ਗਈ। ਕੋਈ ਪੋਲਿਊਸ਼ਨ ਦਾ ਕਹਿਤਾ, ਕੋਈ ਪਿੰਸਲੀ ਦਾ ਸੋਲਿਊਸ਼ਨ ਹੈਗਾ ਤਾਂ ਮੈਨੂੰ ਦੱਸਿਓ। ਸੂਟ 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 ਸਹਿਜੂ ਦਾ ਮੂੰਹ, ਸਹਿਜੂ ਦਾ ਮੂਲ ਬਣ ਗਿਆ ਖਿਜਿਆ ਖਿਜਿਆ, ਕਿਉਂਕਿ ਮੇਰਾ ਸੂਟ ਆਇਆ ਹੈ। ਇਸ ਕਰਕੇ ਸਹਿਜੂ ਜਾਂਦੀ ਆ ਖਿਜ ਖਿਜ ਖਿਜ, ਸਹਿਜੂ ਨੂੰ ਚੜ ਜਾਂਦਾ ਗੁੱਸਾ ਕਿ ਮੰਮੀ ਦਾ ਸੂਟ ਕਿਉਂ ਆਇਆ। ਆਏ ਹਾਏ 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 ਹਾਏ, ਖਿਜ ਗਈ ਖਿਜ ਗਈ ਖਿਜ ਗਈ ਫਿਰ ਮੇਰੇ ਸੂਟ ਦੇ ਦੇਖ ਕੇ। ਸਹਿਜੂ ਸਾਡੀ ਬਹੁਤ ਸੋਹਣਾ ਖਿੱਚਦੀ ਆ ਮੇਰੇ ਸੂਟਾਂ ਵੱਲ ਦੇਖ ਦੇਖ ਕੇ, ਕਿ ਮੰਮੀ ਮੇਰੀ ਦੇ ਸੂਟ ਕਿਉਂ ਨਵੇਂ ਆਉਂਦੇ ਆ, ਮੰਮੀ ਮੈਨੂੰ ਕਿਉਂ ਇੰਨੇ ਸੂਟ ਆਉਂਦੇ ਆ, ਮੈਨੂੰ ਕਿਉਂ ਨਹੀਂ ਆਉਂਦੇ। ਮੈਂ ਤੁਹਾਨੂੰ ਦਿਖਾਉਂਗੀ ਆਪਣਾ ਸੂਟ, ਵੇਟ ਕਰੋ। ਔਰ ਮੇਰੇ ਪਿੰਜਲੀ ਦੀ ਕਿੱਡੀ ਮੋਟੀ, ਆਪਣਾ ਸੂਟ ਕੱਢਦੀ ਹਾਂ ਵੇਟ, ਇੱਥੇ ਰੱਖੋ ਇੱਥੇ ਸਾਰੇ, ਰੁਕੋ ਰੁਕੋ ਰੁਕੋ, ਮੈਂ ਸੂਟ ਕੱਢਦੀ ਹਾਂ। ਜਿਹੜਾ ਸੂਟ ਕੱਲ ਆਪਾਂ ਫੰਕਸ਼ਨ ਤੇ ਗਏ ਸੀ, ਉੱਥੋਂ ਵੀ ਸੂਟ ਮਿਲਿਆ, ਉਹ ਵੀ ਮੈਂ ਦਿਖਾਉਂਦੀ ਹਾਂ। ਅਤੇ ਜਿਹੜਾ ਸੂਟ ਮੇਰਾ ਸਟਿਚ ਹੋਇਆ ਉਹ ਵੀ ਮੈਂ ਦਿਖਾਉਂਦੀ ਹਾਂ। ਆਪਾਂ ਸਾਰੇ ਸੂਟ ਦਿਖਾਉਂਦੇ ਕੱਲ, ਠੀਕ ਆ ਜੀ। ਸੂਟਾਂ ਦੇ ਢੇਰ ਆ ਵੀ ਢੇਰ। ਹੁਣ ਮੈਂ ਦਿਖਾਉਂਗੀ ਸੂਟ ਜਿਹੜੇ ਸਾਨੂੰ ਕੱਲ ਮਿਲੇ। ਆਪਾਂ ਗਏ ਸੀ ਪਾਰਟੀ ਦੇ, ਅਤੇ ਉੱਥੋਂ ਮੈਨੂੰ ਮਿਲੇ ਸੂਟ, ਅਤੇ ਕੁਛ ਕੁ ਮੈਨੂੰ ਕਿਸੇ ਨੇ ਭੇਜੇ, ਦੀਦੀ ਨੇ ਭੇਜੇ ਸੂਟ। ਉਹਨਾਂ ਦੀ ਪ੍ਰਮੋਸ਼ਨ ਵਗੈਰਾ ਕਰੂੰਗੀ ਸੂਟ ਪਾ ਕੇ, ਉਹ ਮੈਂ ਸਾਰੀ ਸਿਲਾਈ ਕਰਵਾਉਣਾ ਆ। ਜਿਹੜਾ ਸਾਨੂੰ ਇੱਕ ਸੂਟ ਮਿਲਿਆ ਕੱਲ, ਉਹ ਸਾਨੂੰ ਮਿਲਿਆ ਇਹ ਵਾਲਾ, ਆਹ ਵਾਲਾ ਸੂਟ ਮਿਲਿਆ ਸਾਨੂੰ, ਅਤੇ ਉਹਦੀ ਆਹ ਵਾਲੀ ਚੁੰਨੀ ਆ। ਇਹ ਸਾਨੂੰ ਕੱਲ ਪਾਰਟੀ 'ਤੇ ਮਿਲਿਆ ਵੀ ਬਹੁਤ ਸੋਹਣਾ ਸੂਟ ਆ। ਇੱਕ ਮੈਨੂੰ ਸੂਟ ਮਿਲਿਆ ਸਾਨੂੰ ਆਹ ਵਾਲਾ, ਇਹ ਸਾਰਾ ਇੱਦਾਂ ਸਟੋਰ ਵਰਕ ਆ। ਅਤੇ ਆਹ ਜਿਹੜੀ ਉਹਦੀ ਸਲਵਾਰ ਆ ਕਢਾਈ ਵਾਲੀ ਸਾਰੀ, ਅਤੇ ਆਹ ਵਾਲੀ ਉਹਦੀ ਚੁੰਨੀ ਆ ਕਢਾਈ ਵਾਲੀ। ਇਹ ਵੀ ਸੂਟ ਬਹੁਤ ਸੋਹਣਾ ਆ, ਇਹ ਵੀ ਸਾਨੂੰ ਕੱਲ੍ਹ ਮਿਲਿਆ। ਅਤੇ ਜਿਹੜਾ ਤੁਸੀਂ ਮੇਰਾ ਇਹ ਵਾਲਾ ਸੂਟ ਸੀ ਨਾ, ਤੁਸੀਂ ਦੇਖਿਆ ਹੀ ਸੀ ਨਾ, ਸਟਿਚ ਕਰਵਾਇਆ ਸੀ ਤੁਸੀਂ, ਤਾਂ ਇਹ ਲਾਈ ਜਾਓ ਨਾਲੋ ਨਾਲ, ਦੱਸਿਓ ਪਿਆਰਾ ਲੱਗਾ ਮੇਰੇ ਪਾਇਆ, ਸਾਰੇ ਜਣੇ ਕਮੈਂਟ ਪਿਆਰਾ ਜਿਹਾ ਕਰਿਓ, ਠੀਕ ਆ। ਵਾਲੀ ਉਹਦੀ ਉਹ ਸੀ ਲਹਿੰਗਾ ਜਿਹਾ ਸੀ, ਇਹਨਾਂ ਨੂੰ ਆਹ ਕਮੀਜ਼ ਮਿਲੀ, ਆਹ ਵਾਲੀ ਇਹਨਾਂ ਨੂੰ ਪੈਂਟ ਮਿਲੀ। ਇਹ ਸਾਰਾ ਹੈਗਾ ਆ ਵਰਕ, ਹੈਂਡ ਵਰਕ ਕੀਤਾ ਹੋਇਆ ਆ। ਦੇਖੋ ਆਹ ਇਹਦੇ ਫਰੰਟ ਤੇ ਆਉਣਾ ਆ, ਇਹਨਾਂ ਦਾ ਨੰਬਰ ਕਰਨਾ ਮੈਂਸ਼ਨ, ਹਾਂ ਆ ਇਹਨਾਂ ਦੀ ਬਾਜ਼ੂ ਆ, ਬਾਜ਼ੂ ਤੇ ਹੋਰ ਇਹਨਾਂ ਦੇ ਜਿਹੜੇ ਪਾਉਂਚੇ ਆ ਤੇ ਉਹ ਵੀ ਹੈਗਾ ਯਾਰ, ਇਹਨਾਂ ਦਾ ਆਪਾਂ ਨੰਬਰ ਮੈਂਸ਼ਨ ਕਰ ਦਾਂਗੇ ਨੀਚੇ। ਇਹ ਮੈਨੂੰ ਦੀਨੇ ਸੂਟ ਬੋਲਿਆ, ਇਹ ਜਿਹੜਾ ਹੈ ਨਾ ਆਹ ਕਿਹੜੇ ਕੱਪੜਾ ਕਹਿੰਦੇ ਇਹਨੂੰ, ਜੋਰਜੱਟ, ਜੋਰਜੱਟ ਦਾ ਕੱਪੜਾ, ਇਸ ਕੇ ਥੱਲੇ ਲੱਗੇਗੀ ਲਾਈਨਿੰਗ, ਖਰਚਾ ਹੈਗਾ ਮੈਨੂੰ ਬਹੁਤ ਸਾਰਾ, ਇਹ ਥੱਲੇ ਲੱਗੂਗੀ 350 ਦੀ ਲਾਈਨਿੰਗ। ਫਿਰ ਜੋਰਜੱਟ ਦਾ ਕੱਪੜਾ ਜੀ, ਬਹੁਤ ਹੀ ਸ਼ਾਨਦਾਰ ਕੱਪੜਾ ਆ, ਧੁੱਪ ਬਹੁਤ ਹੀ ਸ਼ਾਨਦਾਰ ਕੱਪੜਾ ਆ ਜੀ,
ਇਹਨਾਂ ਦੇ ਆਪਾਂ ਆਈਡੀ ਨੀਚੇ ਨੰਬਰ ਮੈਂਸ਼ਨ ਕਰ ਦੇਣਾ, ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਆ ਜੀ ਇਹਨਾਂ ਤੋਂ। ਮੈਂ ਇੰਸਟਾ ਤੇ ਕਰੂੰਗੀ ਸਭ ਕੁਝ, ਤੁਸੀਂ ਇੰਸਟਾ ਤੇ ਜਾ ਕੇ ਵੀਡੀਓ ਦੇਖ ਕੇ ਮੰਗਵਾ ਸਕਦੇ ਹੋ। ਤੇ ਇਹ ਜੋਰਜੱਟ ਦਾ ਕੱਪੜਾ ਆ ਤੇ ਥੱਲੇ ਸਾਰੇ ਲਾਈਨਿੰਗ ਲੱਗਣੀ ਆ, ਹੈਂਡ ਵਰਕ ਹੋਇਆ ਸਹਿਜ, ਆ ਜਿਹੜਾ ਨਾ ਇਹ ਵਾਲਾ ਇਹ ਥੱਲੇ ਘੇਰੇ ਦੇ ਉਹਨੀ ਕਢਾਈ, ਆ ਬਾਜ਼ੂ ਆ ਤੈਨੂੰ ਤਾਂ ਕੀ ਕਰਦੇ ਪਏ ਆ ਬਾਜ਼ੂ ਹੈਜ਼ੇ ਕੀ ਕਰਦੇ ਪਏ ਤੇ ਚੁੰਨੀ ਜਿਹੜੀ ਵਗੈਰਾ ਉਹ ਮੈਂ ਲਵਾਂਗੀ ਤੇ ਸਾਰੀ ਤੇ ਤੁਹਾਨੂੰ ਮੈਂ ਇੰਸਟਾ ਤੇ ਪਾ ਕੇ ਦਿਖਾਉਂਗੀ। ਹੁਣ ਤੈਹਾਂ ਲਾਵੋ ਇਹਨਾਂ ਦੀਆਂ, ਪਹਿਲਾਂ ਮੈਂ ਹੁਣ ਲਾਉਂਗੀ ਤੈਹਾਂ ਇਹਨਾਂ ਸਾਰੇ ਕੱਪੜਿਆਂ ਦੀਆਂ, ਹੁਣ ਤੈਮਾ ਵੀ ਲਾਉਣੀਆਂ ਪੈਣੀਆਂ, ਤੈਹ ਲਾ ਕੇ ਰੱਖਣੇ ਪੈਣੇ। ਤੁਸੀਂ ਨਾਲ ਇਹਨਾਂ ਕਮੈਂਟ ਕਰਕੇ ਦੱਸਿਓ ਕਿਹੜਾ ਸੂਟ ਜ਼ਿਆਦਾ ਤੁਹਾਨੂੰ ਵਧੀਆ ਲੱਗਿਆ, ਜ਼ਰੂਰ ਮੈਨੂੰ ਕਮੈਂਟ ਕਰਿਓ। ਤੁਹਾਨੂੰ ਕਿਹੜਾ ਪਸੰਦ ਆਇਆ ਸੂਟ ਸਾਰੇ ਹੱਥ? ਮੈਨੂੰ ਉਹ ਪਰਪਲ ਵਾਲਾ ਆਇਆ। ਆ ਵਾਲਾ? ਹਾਂਜੀ। ਸਹਿਰ ਨੂੰ ਤਾਂ ਪਰਪਲ ਵਾਲਾ ਸੂਟ ਪਸੰਦ ਆਇਆ। ਆ ਕੇ ਦੇਣਾ ਚੁੰਨੀ ਜੀ। ਆ ਦੇਖੋ ਚੁੰਨੀ ਜਿਹੜੀ ਕਿੰਨੀ ਸੋਹਣੀ, ਸਾਰੇ ਤੇ ਲੈਸ ਲੱਗੀ ਆ। ਦੋ ਚੁੰਨੀਆਂ ਇਹਨਾਂ ਆ ਗਈਆਂ। ਹਾਏ ਤਾਂ ਮੇਰੇ ਸੂਟ ਦੀ ਆ। ਇਹ ਥੋੜੇ ਨਾਲ ਦੀ ਆ। ਬੁੰਦਲ ਗਏ ਬਾਈ, ਬੁੰਦਲ ਗਏ, ਰੋਸ਼ਨ ਲਾਲ ਬੁੰਦਲ ਗਏ। ਕਿੱਥੇ ਆ ਜੀ ਇਹ, ਕਿੱਥੇ ਸੂਟ? ਹਾਏ ਆ ਦੇ। ਅੱਛਾ। ਆ ਸੂਟ ਦੀ ਆ ਮੇਰੀ ਵੀ। ਤੈ ਲਾਓ ਜੀ। ਲਓ ਜੀ ਸੂਟ ਹੀ ਸੂਟ ਹੋ ਗਿਆ ਭਾਈ। ਸਾਰੀਆਂ ਜਨਾਨੀਆਂ ਨੂੰ ਸੂਟਾਂ ਦੀ ਬਹੁਤ ਪਈ ਹੁੰਦੀ ਆ। ਜੇ ਆ ਗਿਆ ਜੀ ਸੂਟ, ਸੂਟ ਆ ਜਾਵੇ। ਆਹ ਪਸੰਦ ਸਾਰਿਆਂ ਨੇ ਬਹੁਤ ਸੂਟ ਕੀਤਾ ਮੇਰਾ। ਕਿਹੜਾ? ਆਹ ਵਾਲਾ। ਇਹ ਜਿਹੜਾ ਆ ਪਿਆ ਨਾ ਉਹ। ਮੇਰਾ ਤਾਂ ਸਾਫ ਹੀ ਆ। ਤੂੰ ਆਪਣਾ ਸਾਫ ਹੀ ਕਹਿੰਦੇ ਰਿਹਾ, ਸਾਫ ਨੂੰ ਸਾਫ ਹੀ ਕਹਿਣਾ, ਕਾਲਾ ਤਾਂ ਕਾਲਾ ਹੀ ਰਹਿਣਾ। ਫੇਰ ਕੀ ਹੋਇਆ? ਗੋਰੇ ਗੂੜੇ ਬੋਰੇ ਕਾਲੇ ਕਰਮਾਂ ਵਾਲੇ ਹੈ ਸਹਿਰ ਕਹਿੰਦੀ ਹੈ, ਸਹਿਰ ਕਹਿੰਦੀ ਹੈ। ਤੇ ਸਾਨੂੰ ਕੱਲ ਜਿਹੜੇ ਸੂਟ ਦੋ ਮਿਲੇ ਸੀ, ਇੱਕ ਆ ਪਿੰਕ ਵਾਲਾ ਮਿਲਿਆ ਸੀ ਤੇ ਇੱਕ ਆਹ ਵਾਲਾ ਮਿਲਿਆ ਆ। ਤੇ ਇਹ ਮੈਂ ਤੇ ਮੰਮੀ ਹੁਣੀ ਗਏ ਸੀ ਦੋਨੇ ਜਾਣੇ, ਤੇ ਮੰਮੀ ਨਾ ਆਲਦਾ ਬਲਦੀ ਹੋਈ ਜਾਂਦੀ ਆ ਹੈ, ਜਿਸ ਲਈ ਦੋਨਾਂ ਨੂੰ ਕੱਢ ਲਈਏ ਨਾ, ਕਦੀ ਮਾਂ ਤੁਹਾਨੂੰ ਉਹ ਪਸੰਦ ਆ ਜਾਂਦਾ, ਕਦੀ ਉਹ ਪਸੰਦ ਆ ਜਾਂਦਾ। ਪਹਿਲੇ ਬਰਾਊਨ ਪਸੰਦ ਆਇਆ, ਫਿਰ ਪਿੰਕ ਆ ਗਿਆ, ਫਿਰ ਪਿੰਕ ਆਇਆ, ਫਿਰ ਬਰਾਊਨ ਆ ਗਿਆ ਹੈ। ਮੈਂ ਜਿਸ ਲਈ ਕੱਢਦੀ ਮੰਮੀ ਨੂੰ, ਮੈਂ ਚਲਾ ਰੱਖ ਲੈਂਦੀ ਹਾਂ, ਮੈਂ ਆਹ ਰੱਖ ਲੈਂਦੀ, ਮੈਂ ਕਿਹਾ ਤੁਸੀਂ ਜਿਹੜਾ ਮਰਜ਼ੀ ਰੱਖ ਲਓ, ਮੈਨੂੰ ਦੋਨੇ ਹੀ ਮੈਂ ਦੇ ਜਿਹੜਾ ਮਰਜ਼ੀ ਲੈਣਾ। ਤੇ ਹੁਣ ਪੇਂਟਿੰਗ ਵੀ ਜਿਹੜੀ ਇੱਕ ਦੇ ਵਿੱਚ ਆ ਸੀ ਹੈ, ਹੁਣ ਮੰਮੀ ਨੂੰ ਮੈਂ ਜਿਹੜਾ ਸੂਟ ਮੰਮੀ ਲੈਣਾ ਉਹਦੇ ਨਾਲ ਕਮੈਂਟ ਵੀ ਵਿਆਹ ਦੇਣੀ, ਜਿਹੜੀ ਪੈਕਿੰਗ ਵਾਲੀ ਉਹ ਹੁਣ ਮੈਂ ਲੈ ਲੈਣੀ, ਹੁਣ ਮੈਂ ਲੱਗੀ ਹਾਂ ਤੈਨੂੰ ਲਾਉਣ। ਤੇ ਹਾਂ ਆਹ ਵਾਲੀ ਅਸੀਂ ਲੈ, ਜਿਹੜਾ ਸੂਟ ਆਇਆ ਉਹ ਦੱਸ ਦੇ ਨਾ, ਆਹ ਵਾਲਾ ਸੂਟ ਆਇਆ ਮੈਨੂੰ, ਜਿਹੜਾ ਪਾਰਸਲ ਆਇਆ, ਆਹ ਵਾਲਾ ਪਾਰਸਲ ਆਇਆ ਮੇਰਾ ਪਾਰਸਲ ਦੋਸਤੋ, ਆਹ ਵਾਲਾ ਆਇਆ ਆ। ਆਹ ਦੇਖੋ ਇਹਦੀ ਹੁਣ ਇਹ ਸਵਾਉਣਾ ਵੀ ਪੈਣਾ ਆ, ਇਹਦੀ ਸਮਾਈ ਵੀ 600 ਰੁਪਈਆ ਮੰਗਣੀ ਅਗਲਿਆਂ ਨੇ, 500 ਕਹਿੰਦੀ ਹੈ, ਕਹਿੰਦੀ ਹੈ ਤੂੰ ਬੱਕਰੀ ਆ, ਕਹਿੰਦੀ ਮੈਂ, ਕਹਿੰਦੀ ਮੈਂ ਹੀ ਮੈਂ, ਸਾਗਰ ਦੀ ਬੋਟੀ ਲੈਂਦੀ ਇੰਡੀਕਾ ਤੇ ਲਾ। ਚਲੋ ਠੀਕ ਹੈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਛੇਤੀ ਦੇ ਡਰਾਈਵਰੀ ਸਿਖਾ।
ਪਸੀਨੇ ਨਾਲ ਭਿੱਜ ਗਏ ਸੀ ਇੱਥੇ। ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਤੇ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ ਤੁਹਾਨੂੰ ਪਸੰਦ ਆਇਆ। ਤੇ ਅਸੀਂ ਹੁਣ ਸ਼ਾਵੇ ਚੱਲ, ਕਮੈਂਟ ਕਰਿਓ ਕਿਹੜਾ ਸੂਟ ਪਸੰਦ ਆਇਆ ਤੁਹਾਨੂੰ, ਚਲੋ ਕਮੈਂਟ ਕਰ ਦਿਓ। ਹੁਣ ਆਪਾਂ ਮੈਂ ਤੇ ਐ ਬਸ ਰਾ ਲਈ ਆ, ਤੇ ਦੋਸਤੋ ਮੈਨੂੰ ਮਾੜਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਕਿਹੜਾ ਸੂਟ ਤੁਹਾਨੂੰ ਪਸੰਦ ਆ, ਤੇ ਫਿਰ ਮੰਮੀ ਨੂੰ ਨਹੀਂ ਮੈਂ ਦੱਸਣਾ ਕਿ ਤੁਸੀਂ ਕਿਹੜਾ ਕਮੈਂਟ ਕੀਤਾ ਆ, ਜਿਹੜਾ ਤੁਹਾਨੂੰ ਪਸੰਦ ਉਹ ਮੈਂ ਰੱਖ ਲੈਣਾ ਚੋਰੀ ਚੋਰੀ। ਜੇ ਮੈਂ ਮੰਮੀ ਦੱਸਦਾ ਨਾ ਕਿ ਮੰਮੀ ਸਾਰਿਆਂ ਨੂੰ ਆਹ ਪਸੰਦ ਆਇਆ, ਮੈਂ ਕਹਿਣਾ ਫਿਰ ਮੈਨੂੰ ਵੀ ਇਹੀ ਪਸੰਦ ਆ, ਇਸ ਕਰਕੇ ਇੱਦਾਂ ਹੋ ਜਾਣੀ ਸਾਡੇ ਨਾਲ। ਤੇ ਇਸ ਕਰਕੇ ਮੇਰਾ ਇਹ ਲਫਾਫਾ ਕਿੱਥੇ ਗਿਆ, ਉਹਨੂੰ ਲਾਤਾ, ਕਿਹਨੂੰ ਲਾਇਆ, ਇੱਧਰ ਉੱਡ ਗਿਆ, ਉੱਡ ਗਿਆ, ਉੱਡ ਗਿਆ, ਲੱਭੋ ਚੱਲ ਕੋਈ ਗੱਲ ਨੀ, ਉੜ ਗਿਆ ਤਾਂ ਚਲੋ ਠੀਕ ਆ ਦੋਸਤੋ, ਚਲੋ ਠੀਕ ਆ ਮਿੱਤਰੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਜੂ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ, ਸਾਡੇ ਵਲੌਗਸ ਨੂੰ, ਸਾਡੇ ਰੀਲਸ ਨੂੰ, ਤੁਹਾਡਾ ਹੀ ਦਿਲੋਂ ਥੈਂਕਸ ਕਰਦੇ ਹਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼ੋ।